ਤੁਸੀਂ ਜੁੜੇ ਹੋ ਗਲੋਬਲ ਨਿਊਜ਼ ਟੀਵੀ ਦੇ ਨਾਲ। ਦੋਸਤੋ, ਮੈਂ ਹਾਂ ਸਤਨਾਮ ਸਿੰਘ ਕੰਬੋਜ। ਅੱਜ SSP ਪਟਿਆਲਾ ਵਰੁਣ ਸ਼ਰਮਾ ਵੱਲੋਂ ਇੰਟਰ ਸਟੇਟ ਨਾਕਿਆਂ ਦੀ ਚੈਕਿੰਗ ਕੀਤੀ ਗਈ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪਟਿਆਲਾ ਦੀ ਸਰਹੱਦ ਨਾਲ ਲੱਗਦੇ ਹਰਿਆਣਾ ਇੰਟਰ ਸਟੇਟ ਜੋ ਵੀ ਨਾਕੇ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਮੇਨ ਮਕਸਦ ਸਾਡਾ ਨਸ਼ੇ 'ਤੇ ਹੈ। ਹਰੇਕ ਵਹੀਕਲ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਪਟਿਆਲਾ ਜ਼ਿਲ੍ਹੇ ਦੀ ਪੁਲਿਸ ਪੂਰੀ ਮੁਸਤੈਦੀ ਨਾਲ ਚੱਲ ਰਹੀ ਹੈ। ਉਹ ਆਪਣੇ ਮਾੜਿਆਂ ਕੰਮਾਂ 'ਤੇ ਚੱਲਦੇ ਅਨਸਰ ਇਹਨਾਂ ਚੀਜ਼ਾਂ ਤੋਂ ਬਾਜ਼ ਆ ਜਾਣ, ਨਹੀਂ ਤਾਂ ਉਹਨਾਂ ਦਾ ਲਾਸਟ ਟਾਈਮ ਕੰਮ ਮਾੜਾ ਰਹੇਗਾ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਪਟਿਆਲਾ ਜ਼ਿਲ੍ਹਾ ਦੀ ਪੁਲਿਸ ਵੱਲੋਂ ਬਹੁਤ ਵੱਡੇ ਪੱਧਰ 'ਤੇ ਜਿਨ੍ਹਾਂ ਨੇ NDPS ਰਾਹੀ ਵੱਡੀ ਜਾਇਦਾਦ ਬਣਾਈ ਸੀ ਉਹਨਾਂ ਨੂੰ ਕੁਰਕ ਵੀ ਕੀਤਾ ਹੈ। ਉਹਨਾਂ ਕਿਹਾ ਜਿਹੜੀ ਇੰਟਰ ਸਟੇਟ ਨਾਕਾਬੰਦੀ ਦਾ ਓਪਰੇਸ਼ਨ ਸੀਲ ਚਲਾਇਆ ਜਾ ਰਿਹਾ, ਇਹਦੇ 'ਚ ਜਿਹੜੇ ਜ਼ਿਲ੍ਹਿਆਂ ਦੀ ਗੁਆਂਢੀ ਸੂਬਿਆਂ ਨਾਲ ਹੱਦਾਂ ਲੱਗਦੀਆਂ ਨੇ ਉਹ ਸਾਰੇ ਪੁਆਇੰਟਾਂ 'ਤੇ ਮੁਕੰਮਲ ਨਾਕਾਬੰਦੀ ਕਰਕੇ ਪੰਜਾਬ 'ਚ ਆਉਣ ਵਾਲੇ ਵਹੀਕਲਸ ਨੂੰ ਬਰੀਕੀ ਨਾਲ ਚੈੱਕ ਕੀਤਾ ਜਾ ਰਿਹਾ। ਮੇਨ ਮਕਸਦ ਇਹਦਾ ਨਸ਼ਾ ਤਸਕਰੀ ਦੇ ਖਿਲਾਫ ਆ, ਤਾਂ ਕਿ ਜਿਹੜੇ ਦੂਜੇ ਸੂਬਿਆਂ ਤੋਂ ਆ ਕੇ ਪੰਜਾਬ 'ਚ ਨਸ਼ਾ ਵੇਚਦੇ ਆ ਉਹਨਾਂ ਨੂੰ ਠੱਲ ਪਾਈ ਜਾ ਸਕੇ ਅਤੇ ਉਹਨਾਂ ਦੇ ਮਨ 'ਚ ਭੈ ਪੈਦਾ ਕੀਤਾ ਜਾ ਸਕੇ। ਪਟਿਆਲੇ ਜ਼ਿਲ੍ਹੇ 'ਚ ਅੱਜ ਅਸੀਂ 8 ਪੁਆਇੰਟਾਂ 'ਤੇ, ਪਹਿਲਾ ਪੁਆਇੰਟ ਸਾਡਾ ਸ਼ੰਭੂ ਆ ਅਤੇ ਲਾਸਟ ਪੁਆਇੰਟ ਸਾਡਾ ਜਿਹੜਾ ਸ਼ੰਭੂ ਅੰਬਾਲੇ ਦੇ ਨਾਲ ਹੱਦ ਲੱਗਦੀ ਹੈ। ਲਾਸਟ ਪੁਆਇੰਟ ਜਿਹੜਾ ਢਾਬੀ ਗੁਜਰਾਂ ਜਿੱਥੇ ਆਪਣੇ ਨਿਰਵਾਣੇ ਨਾਲ ਪਾਤਣਾ ਏਰੀਏ 'ਚ ਹੱਦ ਲੱਗਦੀ ਹੈ। 8 ਨਾਕੇ ਅਸੀਂ ਸਟਰੋਂਗ ਨਾਕਾਬੰਦੀ ਇੰਟਰ ਸਟੇਟ ਸੀਲਿੰਗ ਦੀ ਲਾਈ ਆ ਅਤੇ ਅੱਜ ਮੈਂ ਇੱਥੇ ਪਰਸਨਲੀ ਜਿਹੜਾ ਰੋਡ ਜਗੀਰ ਸਾਡਾ ਨਾਕਾ ਆ, DSP ਗੁਰਦੇਵ ਧਾਲੀਵਾਲ ਅਤੇ SHO ਜੁਲਕਾਂ ਹਰਜਿੰਦਰ ਸਿੰਘ ਢਿੱਲੋਂ ਦੇ ਨਾਲ ਮੈਂ ਰੋਡ ਜਗੀਰ ਪੁਆਇੰਟ ਕਵਰ ਕਰ ਰਿਹਾ। ਇਹ ਜਿਹੜੀ ਰੋਡ ਆ ਦੇਵੀਗੜ੍ਹ ਭੇਵਾ ਰੋਡ ਆ, ਇੱਥੇ ਅੱਗੇ ਹਰਿਆਣੇ ਦੀ ਹੱਦ ਲੱਗਦੀ ਆ, ਭੇਵਾ ਏਰੀਆ ਜਿਹੜਾ ਸ਼ੁਰੂ ਹੋ ਜਾਂਦਾ। ਅਤੇ ਅਸੀਂ ਹਰੇਕ ਪ੍ਰਕਾਰ ਦੇ ਵਹੀਕਲਸ ਦੀ, 2-wheelers ਦੀ, 4-wheelers ਦੀ ਚੈਕਿੰਗ ਕਰ ਰਹੇ ਹਾਂ। ਵਾਹਨ ਐਪਲੀਕੇਸ਼ਨ ਵੀ ਅਸੀਂ ਯੂਜ਼ ਕਰ ਰਹੇ ਹਾਂ, ਪਾਇਸ ਸੋਫਟਵੇਅਰ ਵੀ ਅਸੀਂ ਯੂਜ਼ ਕਰ ਰਹੇ ਹਾਂ ਅਤੇ ਅਸੀਂ ਇਹਨੂੰ ਰਿਜ਼ਲਟ ਓਰੀਐਂਟਿਡ ਵੀ ਬਣਾਵਾਂਗੇ ਇਸ ਓਪਰੇਸ਼ਨ ਨੂੰ ਜਿਹੜਾ ਹੈ। ਇੱਥੇ ਵੀ ਐਕਸਾਈਜ਼ ਸਮਗਲਿੰਗ ਕਰਦੇ, ਸ਼ਰਾਬ ਦੀ ਸਮਗਲਿੰਗ ਕਰਦੇ, ਨਸ਼ੇ ਦੀ ਸਮਗਲਿੰਗ ਕਰਦੇ। ਪਟਿਆਲਾ ਪੁਲਿਸ ਬੜੀ ਮੁਸਤੈਦੀ ਨਾਲ, ਅਸੀਂ ਲਗਾਤਾਰ FIRਾਂ ਵੀ ਰਜਿਸਟਰ ਕਰਦੇ, ਰਿਕਵਰੀਆਂ ਵੀ ਕਰਦੇ ਆ ਅਤੇ ਜਿਹੜੇ ਬੰਦੇ, ਜਿਹੜੇ ਕੈਦੀ ਆਪਣੇ ਮੁਲਜ਼ਮ ਜੇਲ੍ਹ ਕੱਟ ਕੇ ਵਾਪਸ ਆ ਕੇ ਇਹਨਾਂ ਕੰਮਾਂ 'ਚ ਇਨਵੋਲਵ ਹੁੰਦੇ ਉਹਨਾਂ 'ਤੇ ਵੀ ਬੜੀ ਗਿੱਦ ਨਿਗਾਹ ਰੱਖੀ ਜਾਂਦੀ ਹੈ। ਅਤੇ ਅਸੀਂ ਪਟਿਆਲੇ ਨੇ ਪਿੱਛੇ ਕਾਫੀ ਸਮੇਂ 'ਚ ਜਿਹੜੇ ਡਰੱਗ ਸਮਗਲਰ ਨੇ ਉਹਨਾਂ ਦੀ ਕਈ ਪ੍ਰੋਪਰਟੀਆਂ ਵੀ ਫਰੀਜ਼ ਕਰਾਈਆਂ ਨੇ, ਜਿਹੜਾ ਇੱਕ ਬਹੁਤ ਵੱਡਾ ਸਟੈਪ ਆ। ਮਤਲਬ ਪਿਛਲੇ ਕੁਛ ਦਿਨਾਂ 'ਚ ਹੀ ਅਸੀਂ 5 ਸਮਗਲਰਾਂ ਦੀ ਕਈ ਕਰੋੜਾਂ ਦੀ ਪ੍ਰੋਪਰਟੀ ਜਿਹੜੀ ਫਰੀਜ਼ ਕਰਾਈ ਆ, ਉਹਦੇ 'ਚ ਜ਼ਮੀਨ ਵੀ ਹੈਗੀ, ਕੋਠੀਆਂ ਵੀ ਹੈਗੀਆਂ, ਗੱਡੀਆਂ ਵੀ ਹੈਗੀਆਂ, ਤਾਂ ਕਿ ਨਸ਼ਾ ਵੇਚ ਕੇ ਜਿਹੜਾ ਪੈਸਾ ਕਮਾਇਆ ਜਾਂਦਾ ਉਹਦੇ ਨਾਲ ਜਿਹੜੀ ਖਰੀਦੀ ਗਈ ਪ੍ਰੋਪਰਟੀ ਆ ਉਹਨੂੰ ਫਰੀਜ਼ ਕਰਾ ਕੇ ਜਿਹੜੀ ਨਸ਼ਾ ਤਸਕਰਾਂ ਨੂੰ ਬੜਾ ਵੱਡਾ ਝਟਕਾ ਪਟਿਆਲਾ ਪੁਲਿਸ ਨੇ ਦਿੱਤਾ। ਅਤੇ ਅਸੀਂ ਅੱਜ ਇੰਟਰ ਸਟੇਟ ਨਾਕਾਬੰਦੀ ਦੇ ਰਾਹੀਂ ਵੀ ਨਸ਼ਾ ਤਸਕਰਾਂ ਨੂੰ ਇਹੀ ਮੈਸੇਜ ਦੇ ਰਹੇ ਹਾਂ ਕਿ ਪਟਿਆਲੇ ਜ਼ਿਲ੍ਹੇ ਦੀ ਪੁਲਿਸ ਪੂਰੀ ਤਰ੍ਹਾਂ ਚਾਕ ਚੌਬੰਦ ਆ ਅਤੇ ਕਿਸੇ ਪ੍ਰਕਾਰ ਦੀ ਇੱਥੇ ਗਲਤ ਅਤੇ ਸ਼ਰਾਰਤੀ ਹਰਕਤਾਂ 'ਚ ਇੱਥੇ ਇਨਵੋਲਵਮੈਂਟ ਨਾ ਹੋਵੇ। ਅਸੀਂ ਲਗਾਤਾਰ ਜਿਹੜੇ ਸ਼ਹਿਰੀ ਏਰੀਏ 'ਚ ਟੈਨੈਂਟ ਰਹਿੰਦੇ ਆ, ਪੀ ਜੀ ਬਹੁਤ ਜ਼ਿਆਦਾ ਬਣ ਗਏ, ਉਹਨਾਂ ਦੀ ਲਗਾਤਾਰ ਅਸੀਂ ਚੈਕਿੰਗ ਕਰਾਉਂਦੇ ਹਾਂ ਕਿ ਪ੍ਰੋਪਰ ਜਿਹੜਾ ਪ੍ਰੋਟੋਕੋਲ ਅਤੇ ਪ੍ਰੋਸੀਜਰ ਫੋਲੋ ਕਰਕੇ ਹੀ ਆਪ